हिमाचल प्रदेश ਦੇ ਸੋਲਨ ਅਤੇ ਹਿਮੇਰਪੁਰ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟਣ ਦੇ ਕਾਰਨ ਆਏ ਹੜ੍ਹਾਂ ਅਤੇ ਸ਼ਿਮਲਾ ਮੰਡੀ ਅਤੇ ਕੁਲੂ ਦੇ ਵਿੱਚ ਐਤਵਾਰ ਨੂੰ ਭਾਰੀ ਮੀਂਹ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਫਸਲਾਂ ਘਰਾ ਅਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪਸ਼ੂਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਐਤਵਾਰ ਨੂੰ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ ਹਿਮੇਰਪੁਰ ਅਤੇ ਸ਼ਿਮਲਾ ਜ਼ਿਲ੍ਹੇ ਦੇ ਵਿੱਚ ਦੋ ਵਿਅਕਤੀ ਡੁੱਬ ਗਏ। ਮੀਂਹ ਨੇ 11 ਘਰਾ ਅਤੇ ਵਾਹਨਾਂ ਦੇ ਨਾਲ-ਨਾਲ ਚਾਰ ਗਵਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਰਾਜ ਨੂੰ ਲਗਭਗ 78 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਲਾਹੌਲ ਅਤੇ ਸਪੀਤੀ ਦੇ ਵਿੱਚ 3 ਹਮੀਰਪੁਰ ਵਿੱਚ 5, ਸੋਲਨ ਦੇ ਵਿੱਚ 2 ਅਤੇ ਮੰਡੀ ਦੇ ਵਿੱਚ 1 ਮਕਾਨ ਨੁਕਸਾਨਿਆ ਗਿਆ। ਕੁਲੂ ਦੇ ਵਿੱਚ 8, ਲਾਹੌਲ ਅਤੇ ਸਪੀਤੀ ਦੇ ਵਿੱਚ 2, ਸਿਰਮੌਰ ਵਿੱਚ 1 ਵਾਹਨ ਨੁਕਸਾਨਿਆ ਗਿਆ ਹੈ। ਉਖੜੇ ਦਰਕਤਾਂ ਨੇ ਦੋ ਕੌਮੀ ਮਾਰਗਾਂ ਸਮੇਤ 126 ਸੜਕਾਂ ਤੇ ਆਵਾਜਾਈ ਠੱਪ ਕਰ ਦਿੱਤੀ ਹੈ। ਐਮਰਜੈਂਸੀ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ 141 ਟਰਾਂਸਫਾਰਮਰ ਨੁਕਸਾਨੇ ਜਾਣ ਦੇ ਕਾਰਨ ਬਿਜਲੀ ਸਪਲਾਈ ਦੇ ਵਿੱਚ ਵੀ ਵਿਗਨ ਪਿਆ ਹੈ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ਅਫੀਸ਼ੀਅਲ YouTube ਚੈਨਲ